ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕਾਂ ਵੱਲੋਂ ਕੀਤੇ ਸਰਵੇਖਣ ਵਿੱਚ ਪੰਜਾਬ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਕੁਝ ਤੱਥ ਸਾਹਮਣੇ ਆਏ ਨੇ। ਇਸ ਵਿੱਚ ਜੋ ਪ੍ਰਮੁੱਖ ਗੱਲਾਂ ਸਾਹਮਣੇ ਆਈਆਂ ਨੇ ਉਹ ਹੈ ਕਿ ਵਿਦੇਸ਼ ਜਾਣ ਵਾਲੇ 70% ਵਿਦਿਆਰਥੀ ਖੇਤੀਬਾੜੀ ਕਰਨ ਵਾਲੇ ਪਰਿਵਾਰਾਂ ਵਿੱਚੋਂ ਨੇ ਅਤੇ ਇਹਨਾਂ ਵਿੱਚੋਂ 56% ਕੋਲ 5 ਏਕੜ ਅਤੇ 24% ਦੇ ਕੋਲ 10 ਏਕੜ ਜ਼ਮੀਨ ਤੋਂ ਘੱਟ ਜ਼ਮੀਨ ਹੈ। ਇਹਨਾਂ ਵਿਦਿਆਰਥੀਆਂ 'ਚੋਂ 36% ਐਸੇ ਵਿਦਿਆਰਥੀ ਨੇ ਜਿਨ੍ਹਾਂ ਦੇ ਮਾਂ ਬਾਪ ਕੋਲ ਇੰਨੇ ਫੰਡ ਨੇ ਜਿਸ ਨਾਲ ਉਹਨਾਂ ਦੀ ਪੜ੍ਹਾਈ ਦਾ ਖਰਚਾ ਪੂਰਾ ਚੁੱਕਿਆ ਜਾ ਸਕਦਾ ਹੈ। ਬਾਕੀ ਨੂੰ ਜਾਂ ਤਾਂ ਲੋਨ ਲੈਣਾ ਪਵੇਗਾ ਨਹੀਂ ਤਾਂ ਜ਼ਮੀਨਾਂ ਵੇਚਣੀਆਂ ਪੈ ਸਕਦੀਆਂ ਨੇ। ਇਹ ਦਲਿਤ ਅਤੇ ਪਿਛਲੀਆਂ ਸ਼੍ਰੇਣੀਆਂ ਵਿੱਚੋਂ ਸਿਰਫ 10% ਹੀ ਵਿਦਿਆਰਥੀ ਆ ਰਹੇ ਨੇ। ਜਿਵੇਂ ਕਿਹਾ ਜਾ ਰਿਹਾ ਸੀ ਕਿ ਆਈਲੈਟਸ ਨੇ ਜਾਤ ਪਾਤ ਦੇ ਬੰਧਨ ਨੂੰ ਤੋੜ ਦਿੱਤਾ ਹੈ, ਉਹੀ ਉਹਨਾਂ ਅੰਕੜਿਆਂ 'ਚੋਂ ਸਪੱਸ਼ਟ ਹੋ ਜਾਂਦਾ ਹੈ ਕਿ ਦਲਿਤ ਅਤੇ ਪਿਛਲੀਆਂ ਸ਼੍ਰੇਣੀਆਂ ਦੇ ਪਰਿਵਾਰਾਂ ਵਿੱਚੋਂ ਆਉਣ ਵਾਲੇ ਵਿਦਿਆਰਥੀ ਬਹੁਤ ਘੱਟ ਗਿਣਤੀ ਵਿੱਚ ਨੇ। ਇਸ ਲਈ ਸੁਭਾਵਿਕ ਹੈ ਕਿ ਉੱਥੇ ਰਿਸ਼ਤੇ ਵੀ ਘੱਟ ਹੀ ਹੁੰਦੇ ਹੋਣਗੇ। ਇਸ ਲਈ ਇਹ ਸਮਾਜਿਕ ਬੁਰਾਈ ਨੂੰ ਆਈਲੈਟਸ ਨਾਲ ਵੀ ਹਾਲੇ ਬਹੁਤਾ ਫਰਕ ਪੈਂਦਾ ਨਜ਼ਰ ਨਹੀਂ ਆ ਰਿਹਾ। ਇਹਨਾਂ ਵਿਦਿਆਰਥੀਆਂ ਵਿੱਚੋਂ 58% ਕੁੜੀਆਂ ਨੇ ਅਤੇ 42% ਮੁੰਡੇ ਆ ਰਹੇ ਨੇ, ਮਤਲਬ ਕੁੜੀਆਂ ਦੀ ਸੰਖਿਆ ਹੁਣ ਵੱਧਦੀ ਜਾ ਰਹੀ ਹੈ। ਇਸ ਨਾਲ ਵਿਆਹ ਕਰਵਾਉਣ ਦੇ ਨਾਲ ਹੀ ਵੀਜ਼ਾ ਲੈ ਕੇ ਆਉਣ ਦਾ ਰੁਝਾਨ ਵੀ ਵੱਧਦਾ ਜਾ ਰਿਹਾ ਹੈ। ਵਿਆਹ ਪੱਕਾ ਵੀ ਹੋ ਸਕਦਾ ਹੈ ਅਤੇ ਇੱਕ ਐਗਰੀਮੈਂਟ ਵੀ ਹੋ ਸਕਦਾ ਹੈ। ਬਾਕੀ ਸ਼ਹਿਰਾਂ ਵਿੱਚ ਰਹਿਣ ਵਾਲੇ ਵਪਾਰੀ ਵਰਗ ਦੇ ਨੌਜਵਾਨਾਂ ਵਿੱਚ ਇਹ ਰੁਝਾਨ ਦਿਹਾਤੀ ਖੇਤਰਾਂ ਵਿਖੇ ਰਹਿਣ ਵਾਲੇ ਨੌਜਵਾਨਾਂ ਤੋਂ ਕਿਤੇ ਘੱਟ ਹੈ, ਮਤਲਬ ਸ਼ਹਿਰਾਂ ਵਿੱਚੋਂ ਘੱਟ ਨੌਜਵਾਨ ਬਾਹਰ ਆ ਰਹੇ ਨੇ। ਨੌਜਵਾਨਾਂ ਲਈ ਕੈਨੇਡਾ ਪਸੰਦੀਦਾ ਸਥਾਨ ਹੈ, 78% ਨੌਜਵਾਨ ਕੈਨੇਡਾ ਨੂੰ ਪਹਿਲ ਦੇ ਰਹੇ ਨੇ। ਆਸਟ੍ਰੇਲੀਆ 13% ਨਾਲ ਦੂਜੇ ਨੰਬਰ 'ਤੇ, 17% ਤੋਂ ਘੱਟ ਪਹਿਲ ਇੰਗਲੈਂਡ ਲਈ ਹੈ। ਬਿਊਰੋ ਰਿਪੋਰਟ, ਆਵਾਜ਼ਕਮ ਟੀਵੀ।